ਪਰ ਜਿਨ੍ਹਾਂ ਨੇ ਇਹ ਖਜ਼ਾਨਾ ਖੋਲ੍ਹਿਆ ਡਿੱਠਾ ਉਹਨਾਂ ਦਾ ਇਤਿਹਾਸ ਦੇਖੋ ਇਤਿਹਾਸ ਕਹਿੰਦਾ ਹੈ ਗੁਰੂ ਦਾ ਸਿੱਖ ਪਰ ਆਰਥਿਕ ਪੱਖੋਂ ਇੰਨਾ ਮਜ਼ਬੂਤ ਨਹੀਂ ਹੈ ਉਹਦੇ ਕੰਨਾਂ ਵਿੱਚ ਖਬਰ ਪਹੁੰਚੀ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਨੇੜੇ ਪਹੁੰਚੇ ਹੋਏ ਨੇ ਤੇ ਮੈਂ ਜਾ ਸਕਦਾ ਦਰਸ਼ਨ ਕਰ ਸਕਦਾ ਮੇਰੀ ਗਰੀਬੀ ਨੇ ਕਈ ਵਾਰੀ ਮੇਰੇ ਪੈਰ ਬੰਨ ਲਏ ਮੈਂ ਨਹੀਂ ਜਾ ਸਕਿਆ ਅੱਜ ਇਹ ਬੰਨ ਨਹੀਂ ਸਕਿਆ ਮਨ ਵਿੱਚ ਖਿਆਲ ਆਇਆ ਵੀ ਕੀ ਲੈ ਕੇ ਜਾਵਾਂ ਇੱਕ ਟਕਾ ਜੋੜਿਆ ਸੀ ਉਸਨੇ ਇਹ ਅੱਜ ਭੇਟਾ ਕਰਾਂਗਾ ਇੱਕ ਚੰਗੇ ਘਾ ਦੀ ਪੰਡ ਬਣ ਲਈ ਸਤਿਗੁਰੂ ਜੀ ਕੋਲ ਘੋੜੇ ਨੇ ਇਹ ਉਹਨਾਂ ਦੇ ਘੋੜਿਆਂ ਵਾਸਤੇ ਅਰਪਣ ਕਰਾਂਗਾ ਆ ਸਿੱਖ ਇੱਕ ਪੰਡਕਾ ਦੀ ਤੇ ਇੱਕ ਟਕਾ ਲੈ ਕੇ ਖੁਸ਼ੀ-ਖੁਸ਼ੀ ਚੱਲਿਆ ਆਪਣੇ ਗੁਰੂ ਨੂੰ ਮਿਲਣ ਵਾਸਤੇ ਤੇ ਇਤਿਹਾਸ ਕਹਿੰਦਾ ਉਹਨੇ ਹਲੇ ਦਰਸ਼ਨ ਨਹੀਂ ਸੀ ਕੀਤੇ ਗੁਰੂ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਜਾ ਕੇ ਬਾਹਰ ਸਿਪਾਹੀ ਵੇਖਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ ਤੇ ਨਾਲ ਹੀ ਜਹਾਂਗੀਰ ਦਾ ਤੰਬੂ ਸੀ ਹੁਣ ਸਿਪਾਹੀ ਨੇ ਸੋਚਿਆ ਵੀ ਸੱਚੇ ਪਾਤਸ਼ਾਹ ਜਹਾਂਗੀਰ ਨੂੰ ਕੁਝ ਮੰਗਣਾ ਹੋਏਗਾ ਕੱਪੜੇ ਵੇਖ ਕੇ ਕੋਈ ਲੋੜਵੰਦ ਲੱਗਦਾ ਉਹਨੇ ਉਧਰ ਨੂੰ ਤੋਰ ਦਿੱਤਾ ਇਹ ਤੇ ਚਾ ਚੜਿਆ ਹੋਇਆ ਖੁਸ਼ੀ-ਖੁਸ਼ੀ ਗਿਆ ਤੇਜ਼ੀ ਨਾਲ ਗਿਆ ਟੱਟ ਦੇ ਕੇ ਉਹਨੇ ਆਪਣੀ ਪਾਂਡੂ ਤਾਰੀ ਕਾ ਦੀ ਨਾਲ ਟਕਾ ਰੱਖਿਆ ਤੇ ਮੱਥਾ ਟੇਕਣ ਤੋਂ ਪਹਿਲਾਂ ਗੱਲ ਕਹਿ ਦਿੱਤੀ ਸੱਚੇ ਪਾਤਸ਼ਾ ਲੋਕ ਪਰਰੋਕ ਵਿੱਚ ਲਾਜਰ ਕੀ ਨਾਮ ਦੀ ਦਾਤ ਦਿਓ ਜਹਾਂਗੀਰ ਕੰਬ ਗਿਆ ਕਿਸੇ ਨੇ ਕਦੇ ਮੰਗਿਆ ਹੀ ਨਹੀਂ ਸੀ ਉਹਦੇ ਲਈ ਕੁਝ ਕਿਉਂਕਿ ਉਹਦੇ ਕੋਲ ਹੈ ਹੀ ਨਹੀਂ ਉਹ ਧਨ ਦਾ ਅਮੀਰ ਹੋ ਸਕਦਾ ਹੈ ਇਹਨਾਂ ਗੁਣਾਂ ਦਾ ਅਮੀਰ ਨਹੀਂ ਹੈ ਅਦੇ ਕੋ ਨਾਮ ਤਾਂ ਨਿੱਕਿਛੇ ਐ ਉਹ ਸਮਝ ਗਿਆ ਇਹ ਭਲੇਖੇ ਵਿੱਚ ਮੇਰੇ ਕੋਲ ਆ ਗਿਆ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਜਾਣਾ ਚਾਹੁੰਦਾ ਉਹਨੇ ਆਪ ਹੀ ਕਹਿ ਦਿੱਤਾ ਤੂੰ ਭਾਈ ਗਲਤ ਆ ਗਿਆ ਮੈਂ ਜਹਾਂਗੀਰ ਐ ਮੈਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ ਨਾਲ ਦੇ ਤੰਬੂ ਵਿੱਚ ਨੇ ਸਿੱਖ ਨੇ ਇੱਕਦਮ ਹੱਥ ਖੋਲ ਲੈ ਜਿਹੜੇ ਹੱਥ ਜੋੜੇ ਸੀ ਤੇ ਅੰਦਰੋਂ ਅੰਦਰੀ ਉਹਨੇ ਆਪਣੇ ਆਪ ਨੂੰ ਟੋਕੇ ਆ ਤੂਏ ਕੀ ਕੀਤਾ ਖੈਰ 체ਤੀ ਦੇ ਕੇ ਉਹਨੇ ਟਕਾ ਚੁੱਕ ਲਿਆ ਤੇ ਘਾ ਦੀ ਪੰਡ ਵੀ ਚੁੱਕ ਲਈ ਹੁਣ ਬਾਦਸ਼ਾਹ ਦੇਖੇ ਵੀ ਪਹਿਲੀ ਗੱਲ ਟਕਾ ਨਹੀਂ ਮੈਨੂੰ ਕਦੇ ਕਿਸੇ ਨੇ ਦਿੱਤਾ ਘਾ ਦੀ ਪੰਡ ਨਹੀਂ ਮੈਨੂੰ ਕਿਸੇ ਨੇ ਦਿੱਤੀ ਪਰ ਅੱਜ ਚੁੱਕੀ ਇਹ ਨਾ ਤਕਲੀਫ ਬੜੀ ਹੋਈ ਹੈ ਵੀ ਇਹਨੇ ਚੁੱਕ ਕਿਉਂ ਲਈ ਮੈਂ ਲੈ ਲਵਾਂ ਇਹ ਇਹ ਤੋਹਫੀ ਹੈ ਮੇਰੀ ਹੁਣ ਵੇਖੋ ਹੁਣ ਲੋਭ ਆ ਰਿਹਾ ਸਾਹਮਣੇ ਉਹ ਸਿੱਖ ਨੂੰ ਖਰੀਦਣ ਵਾਸਤੇ ਪਰ ਦੇਖਣਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ ਉਹਦਾ ਅੰਦਰ ਤਾਂ ਖਜ਼ਾਨੇ ਨਾਲ ਭਰਿਆ ਹੋਇਆ ਹੈ ਨਾ ਹੁਣ ਲੋਭ ਉਹਨੂੰ ਜਿੱਤ ਨਹੀਂ ਸਕੇਗਾ ਦੇਖਣਾ ਜਹਾਂਗੀਰ ਕਹਿੰਦਾ ਮੈਂ ਬਾਦਸ਼ਾਹ ਬਾਦਸ਼ਾਹ ਦੇ ਸਾਹਮਣੇ ਰੱਖੀ ਹੋਈ ਭੇਟਾ ਚੁੱਕ ਨਹੀਂ ਕੋਈ ਵੀ ਸਕਦਾ ਦੰਡ ਮਿਲਦਾ ਹੈ ਸਿੱਖ ਕਹਿਣ ਲੱਗਾ ਵੀ ਇਹ ਭੁਲੇਖੇ ਨਾਲ ਰੱਖੀ ਗਈ ਐ ਇਹ 'ਚ ਤੇਰਾ ਕੋਈ ਹੱਕ ਨਹੀਂ ਐ ਤੇਰੇ ਵਾਸਤੇ ਹੈ ਹੀ ਨਹੀਂ ਤੂੰ ਤੇ ਜਾਣਦਾ ਐ ਇਹ ਤੈਨੂੰ ਨਹੀਂ ਦੇਣੀ ਇਹ 'ਚ ਮੇਰਾ ਪਿਆਰ ਐ ਇਹਦੇ 'ਚ ਮੇਰਾ ਸਤਕਾਰ ਐ ਇਹ ਤੇ ਉੱਥੇ ਹੀ ਜਾਏਗੀ ਹੁਣ ਜਹਾਂਗੀਰ ਕਹਿੰਦਾ ਤੂੰ 1 ਟਕਾ ਰੱਖ ਸੋਨੇ ਦੀਆਂ ਮੋਹਰਾਂ ਦੱਸ ਕਿੰਨੀਆਂ ਜਾ ਰਹੀਆਂ ਟਕਾ ਰੱਖ ਉਹ ਸੋਨੇ ਦੀਆਂ ਮੋਰਾ ਦੇ ਦੀ ਉੱਥੇ ਥੋੜੀਆਂ ਆਪ ਰੱਖੀ ਥੋੜੀਆਂ ਦੇ ਦੀ ਉਹ ਕਹਿਣ ਲੱਗਾ ਸੋਨੇ ਦੀਆਂ ਮੋਰਾ ਉਹ ਤੇਰੀਆਂ ਹੋਣਗੀਆਂ ਮੇਰਾ ਤੇ ਟਕਾ ਹੀ ਗਿਆ ਮੈਂ ਤਾਂ ਹੀ ਬੈਠਾ ਗਾ ਉਹ ਕਹਿੰਦਾ ਚੰਗਾ ਫੇ ਘਾ ਦੀ ਪੰਡ ਹੀ ਛੱਡ ਦੇ ਟਕਾ ਲੈ ਜਾ ਘਾ ਦੀ ਪੰਡ ਛੱਡ ਦੇ ਕਹਿੰਦਾ ਨਾ ਇਹ ਘਾ ਦੀ ਪੰਡ ਦੇਸ਼ ਤੇ ਬਾਦਸ਼ਾਹ ਦੇ ਘੋੜਿਆਂ ਵਾਸਤੇ ਨਹੀਂ ਐ ਮੇਰੇ ਸੱਚੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਉਹ ਘਾ ਦੀ ਪੰਡ ਵੀ ਨਹੀਂ ਖਰੀ ਸਕੇਆ ਸਮੇ ਦਾ ਰਾਜਾ ਆਪਣੇ ਸਿੰਘਾਸਨ ਤੇ ਬੈਠ ਕੇ ਸੋਚਦਾ ਮੈਂ ਕਿੱਡਾ ਗਰੀਬ ਆ ਮੈਂ ਇੱਕ ਘਾ ਦੀ ਪੰਡ ਨਹੀਂ ਖਰੀ ਸਕਦਾ ਮੈਂ ਕਿਹਦਾ ਟਕਾ ਨਹੀਂ ਖਰੀ ਸਕਦਾ ਸਿੱਖ ਨੇ ਚੱਕੀਆਂ ਦੋਨੋਂ ਵਸਤੂਆਂ ਤੇ ਦੌੜ ਪਿਆ ਉਧਰ ਨੂੰ ਇਤਿਹਾਸਕਾਰ ਲਿਖਦੇ ਨੇ ਜਹਾਂਗੀਰ ਵੀ ਪਿੱਛੇ ਗਿਆ ਮਿਲਦਾ ਕੀ ਇਹਨਾਂ ਨੂੰ ਗੁਰੂ ਕੋਲੋਂ ਜੋ ਮੋਰਾ ਵੀ ਨਹੀਂ ਲੈ ਰਹੇ ਦੇਖਾਂ ਤੇ ਸਹੀ ਗੁਰੂ ਆ ਪੰਡ ਵੇਖ ਕੇ ਭਲਾ ਕੀ ਕਰੇਗਾ ਉਹਨੇ ਜਾ ਕੇ ਦੇਖਿਆ ਜਿਵੇਂ ਸਿੱਖ ਆਇਆ ਨਾ ਅੰਦਰ ਤੇ ਪਾਸ਼ਾ ਵੀ 도ੜਿਆ ਗਲਵੱਕੜੀ ਵਿੱਚ ਲਿਆ ਆਪ ਪੰਡ ਲੁਵਾਈ ਆਪ ਭੇਟਾ ਪ੍ਰਾਪਤ ਕੀਤੀ ਜਹਾਂਗੀਰ ਕਹਿਣ ਲੱਗਾ ਬਸ ਆ ਪਿਆਰ ਜਿਹੜਾ ਹੈ ਨਾ ਇਹ ਸੱਚੇ ਪਾਰਸ਼ਾਹੀ ਦੇ ਸਕਦਾ ਹੈ ਇਹ ਪੰਡਾ ਉਹੀ ਲਵਾ ਸਕਦਾ ਹੈ ਮੈਂ ਮੱਥੇ ਪਾਵੇਂ ਟਿਕਾ ਸਕਦਾ ਇਹਨੂੰ ਮੱਥੇ ਟੇਕੇ ਜਾਂਦੇ ਨੇ ਆ ਅੰਤਰ ਹੈ ਪਰ ਚੇਤੇ ਰੱਖਣਾ ਸਿੱਖ ਨਹੀਂ ਵਿਕਿਆ ਉਹਦਾ ਕਾਰਨ ਇਹ ਹੈ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਕਿਉਂਕਿ ਉਹ ਬਾਣੀ ਨੂੰ ਪੜਨ ਵਾਲਾ ਹੈ ਉਹ ਵਿਕਾਊ ਮਾਲ ਨਹੀਂ ਹੈ ਅੰਦਰੋਂ ਬੜਾ ਅਮੀਰ ਹੈ ਜਿਹਦੇ ਕੋਲ ਆ ਸਿਧਾਂਤਾਂ ਦਾ ਖਜ਼ਾਨਾ ਹੋਏਗਾ ਨਾ ਉਹ ਹੋਏਗਾ ਅਮੀਰ ਦੂਜਾ ਨਹੀਂ ਅਮੀਰ ਹੋ ਸਕਦਾ